ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਅਖਾੜਾ ਛੱਤੇ ਵਾਲਾ ਪ੍ਰਿਆਗਦਾਸ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਬਾਬਾ ਪ੍ਰਿਆਗਦਾਸ ਮਹਾਰਾਜ ਜੀ ਨੇ ਬਿਕਸੰਮਤ ਬਿਕਰਮੀ 1843 ਈਸਵੀ ਵਿੱਚ ਇਸ ਅਸਥਾਨ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ ਇਸ ਅਸਥਾਨ 'ਤੇ ਮਹੰਤ ਚੇਤਨ ਦਾਸ ਜੀ, ਮਹੰਤ ਗੋਬਿੰਦ ਦਾਸ ਜੀ, ਮਹੰਤ ਨਰਾਇਣ ਦਾਸ ਜੀ, ਮਹੰਤ ਭਗਵਾਨ ਦਾਸ ਜੀ ਮਹਾਂਪੁਰਸ਼ ਹੋਏ, ਜਿਨ੍ਹਾਂ ਦੀ ਯਾਦ ਵਿੱਚ 14ਵੇਂ ਸ਼ਰਾਧ ਦਾ ਸਾਲਾਨਾ ਭੰਡਾਰਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਗੋਪਾਲ ਦਾਸ ਜੀ ਦੀ ਦੇਖ ਰੇਖ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਦੇਖ ਜਰਾ, ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ, ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ। ਤਸਵੀਰ ਵਸਾ ਕੇ ਵੇਖ ਜਰਾ, ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ।
ਮਸਤਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾਤੇ ਦੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਇਸ ਦਰ ਤੇ ਆ ਕੇ ਵੇਖ ਜਰਾ ਪ੍ਰੀਤਮ ਨੂੰ ਤੂੰ ਆਪਣੇ ਰੁੱਸੇ ਪ੍ਰੀਤਮ ਨੂੰ ਇੱਕ ਵਾਰ। ਇਹਨਾਂ ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਦੈਂਬਰ ਮੁਨੀ ਜੀ ਅਖਾੜਾ ਸੰਗਲ ਵਾਲਾ ਅੰਮ੍ਰਿਤਸਰ ਪ੍ਰਧਾਨ ਪ੍ਰਾਚੀਨ ਉਦਾਸੀਨ ਮਹਾਮੰਡਲ ਰਜਿਸਟਰਡ ਪੰਜਾਬ ਸ਼੍ਰੀਮਾਨ ਮਹੰਤ ਗੁਰਦੇਵ ਮੁਨੀ ਜੀ ਅਖਾੜਾ ਬਵੇਕਸਰ ਅੰਮ੍ਰਿਤਸਰ ਮਹੰਤ ਤਿਲਕਦਾਸ ਜੀ ਨਾਨਕ ਚੱਕ ਮਹੰਤ ਸਵਰਨ ਪ੍ਰਸ਼ਾਦ ਜੀ ਅਖਾੜਾ ਮਹੰਤ ਬਾਲਾ ਨੰਦ ਜੀ ਅੰਮ੍ਰਿਤਸਰ ਮਹੰਤ ਹਰ ਨਿਹਾਲ ਦਾਸ ਜੀ ਅਖਾੜਾ ਮਹੰਤ ਟਹਿਲ ਦਾਸ ਜੀ ਅੰਮ੍ਰਿਤਸਰ ਮਹੰਤ ਰਾਮ ਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ ਅਤੇ ਚਿੱਟਾ ਅਖਾੜਾ ਅੰਮ੍ਰਿਤਸਰ ਮਹੰਤ ਰਵਿੰਦਰ ਦਾਸ ਜੀ ਅਖਾੜਾ ਬ੍ਰਹਮ ਬੂਟਾ ਅੰਮ੍ਰਿਤਸਰ ਮਹੰਤ ਸ਼੍ਰੇਸ਼ ਮੁਨੀ ਜੀ ਅਖਾੜਾ ਬ੍ਰਹਮ ਬੂਟਾ ਅੰਮ੍ਰਿਤਸਰ ਮਹੰਤ ਸੁਖਦੇਵਾ ਨੰਦ ਜੀ ਅਖਾੜਾ ਨਿਰਵਾਣਸਰ ਅੰਮ੍ਰਿਤਸਰ ਮਹੰਤ ਹਰੀਦਾਸ ਜੀ ਤਰਨ ਤਾਰਨ ਮਹੰਤ ਹਿੰਮਤ ਪ੍ਰਕਾਸ਼ ਜੀ ਸਰਹਾਲਾ ਮਹੰਤ ਗੋਬਿੰਦ ਦਾਸ ਜੀ ਹਰਿਦੁਆਰ ਟਾਈਗਰ ਬਾਬਾ ਜੀ ਅੰਮ੍ਰਿਤਸਰ ਮਹੰਤ ਪ੍ਰਤਾਪ ਦਾਸ ਜੀ ਅਖਾੜਾ ਬੇਰੀਵਾਲਾ ਅੰਮ੍ਰਿਤਸਰ ਮਹੰਤ ਗੁਰਚਰਨ ਦਾਸ ਜੀ ਅਖਾੜਾ ਘੀ ਮੰਡੀ ਅੰਮ੍ਰਿਤਸਰ ਮਹੰਤ ਰਾਮ ਮੁਨੀ ਜੀ ਸ਼ੇਰੋਂ ਅਤੇ ਤੀਰਥਨਗਰ ਅੰਮ੍ਰਿਤਸਰ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਅਖੀਰ ਸਾਡੇ ਰਿਪੋਰਟਰ ਗੌਰਵਗਰਗ ਸ਼ੇਰਪੁਰ ਨਾਲ ਗੱਲਬਾਤ ਕਰਦੇ ਹਾਂ। ਸ਼੍ਰੀਮਾਨ ਮਹੰਤ ਰਾਮ ਮੁਨੀ ਜੀ ਸ਼ੇਰੋਂ ਅਤੇ ਤੀਰਥਨਗਰ ਅੰਮ੍ਰਿਤਸਰ ਅਤੇ ਮਹੰਤ ਗੋਪਾਲ ਦਾਸ ਜੀ ਅਖਾੜਾ ਛੱਤੇ ਵਾਲਾ ਅੰਮ੍ਰਿਤਸਰ ਵੱਲੋਂ
ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ, ਸਾਧੂਆਂ ਦੀ ਰੇਣ, 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 ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਾਂ ਰੇਣ ਸਾਧੂਆਂ, ਜਾਨੀ ਜਿੰਦੇ ਤੂੰ ਤਾਂ ਰੇਣ ਸਾਧੂਆਂ ਦੀ, ਮਾਗ ਮਜਨ ਸੰਗ ਸਾਧੂਆਂ,
ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਪੁੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਬੋਲੀਏ ਸੱਚੇ ਦਰਬਾਰ ਕੀ ਜੈ ਬਾਬਾ ਬਨਖੰਡੇ ਸਾਹਿਬ ਮਹਾਰਾਜ ਕੀ ਜੈ ਨਿਰਵਾਣ ਪ੍ਰੀਤਮ ਦਾਸ ਮਹਾਰਾਜ ਕੀ ਜੈ ਜਗਤ ਗੁਰੂ ਭਗਵਾਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਕੀ ਅਪਾਰ ਕਿਰਪਾ ਸਦਕਾ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਅਖਾੜਾ ਛੱਤੇ ਵਾਲਾ ਮੈਂ ਮਹੰਤ ਸ੍ਰੀ ਗੋਪਾਲ ਦਾਸ ਜੀ ਮਹਾਰਾਜ ਨੇ ਸਲਾਨਾ ਭੰਡਾਰਾ ਸਰਾਧਾਂ ਦੇ ਆਪਣੇ ਵੱਡੇ ਵਡੇਰਿਆਂ ਦੇ ਪੂਰਵਜਾਂ ਦੇ ਗੁਰੂ ਪ੍ਰਣਾਲੀ ਕੇ ਜੋ ਵੀ ਸਿੱਧ ਸਮਾਧੀ ਵਾਲੇ ਮਹਾਂਪੁਰਸ਼ ਹੈ ਉਹਨਾਂ ਦੇ ਨਿਮਿੱਤ ਚੌਦਸ ਦਾ ਭੰਡਾਰਾ ਬਹੁਤ ਸ਼ਰਧਾ ਭਾਵਨਾ ਧੂਮਧਾਮ ਸੇ ਹਰ ਤਰ੍ਹਾਂ ਕੀ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਜਿਸ ਭੰਡਾਰੇ ਮੇਂ ਅੰਮ੍ਰਿਤਸਰ ਮੇਂ ਸਥਿਤ ਬਾਰੋ ਹੀ ਅਖਾੜੋਂ ਕੇ ਮਹੰਤ ਸਾਹਿਬਾਨ ਆਏ ਔਰ ਵੀ ਖੜ ਦਰਸ਼ਨ ਸਾਧੂ ਸਮਾਜ ਨੇ ਦਰਸ਼ਨ ਦੀਏ ਦੂਰ ਦੂਰ ਸੇ ਸੰਗਤ ਨੇ ਦਰਸ਼ਨ ਦੀਏ ਮਹਾਰਾਜ ਜੀ ਹਰ ਸਾਲ ਇਸੀ ਤਰ੍ਹਾਂ ਸੇ ਬਹੁਤ ਹੀ ਧੂਮਧਾਮ ਸੇ ਭੰਡਾਰੇ ਦਾ ਪ੍ਰੋਗਰਾਮ ਕਰਤੇ ਹੈ ਇਸ ਸਾਲ ਵੀ ਬਹੁਤ ਅੱਛਾ ਭੰਡਾਰਾ ਹੁਆ ਆਏ ਹੋਏ ਸਮਸਤ ਮਹਾਂਪੁਰਸ਼ੋਂ ਕਾ ਮਹਾਰਾਜ ਜੀ ਵੱਲੋਂ ਇੱਥੇ ਦੇ ਜੋ ਗੱਦੀ ਨਸ਼ੀਨ ਮਹੰਤ ਹੈ ਗੋਪਾਲ ਦਾਸ ਜੀ ਮਹਾਰਾਜ ਵੱਲੋਂ ਸਾਰੇ ਹੀ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਹਮਾਰੇ ਗੌਰਵ ਗਰਗ ਜੀ ਜੋ ਹਰ ਇੱਕ ਨਿਊਜ਼ ਕੋ ਬਹੁਤ ਬਾਬਾ ਜੀ ਕਾ ਪ੍ਰਚਾਰ ਪ੍ਰਸਾਰ ਕਰਕੇ ਦਿਖਾਤੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੋਲ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜ ਕੀ ਜੈ
ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਮੈਂ ਸਰਾਧ ਦੇ ਭੰਡਾਰੇ 'ਤੇ ਅਖਾੜਾ ਛੱਤੇ ਵਾਲਾ ਵਿੱਚ ਆਏ ਮਹੰਤਾਂ ਸੰਤਾਂ ਸਾਧੂ ਸਮਾਜ ਦਾ ਬਹੁਤ ਬਹੁਤ ਅਤਿ ਧੰਨਵਾਦੀ ਹਾਂ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਸਭ ਸੰਤੋਂ ਮਹੰਤੋਂ ਜੀ ਜੈ। ਬਾਰਾਂ ਖਾਰਿਓ ਮਹਾਂਪੁਰਸ਼ੋਂ ਦੇ ਚਰਨ ਵੱਲੋਂ ਮੈਂ ਨਮਸਤੇ ਨਮਸਤੇ ਨਮਸਤੇ। ਬੀਬੀ ਦੇ ਸੇਵਾਦਾਰ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਗੋਪਾਲ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀਆਂ ਵੀ ਆਖਿਆ ਗਿਆ। ਉਦਾਸੀਨ ਅਖਾੜਾ ਛੱਤੇ ਵਾਲਾ ਪ੍ਰਯਾਗਦਾਸ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੌਰਵਗਰਗ ਸ਼ੇਰਪੁਰ ਦੀ ਇੱਕ ਖਾਸੀ ਰਿਪੋਰਟ। ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ। ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ। ਕਰਦੀਆਂ ਤੰਗ ਨੇ ਮੈਨੂੰ, ਕਰਦੀਆਂ ਤੰਗ ਨੇ ਮੈਨੂੰ, ਮਹਾਰਾਜ ਕਿਰਪਾ ਕਰੋ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ। ਆ
ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ, ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ, ਜ਼ਿੰਦਗੀ ਦੇ ਰੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ, ਮਹਿਮਾ ਤੇਰੇ ਦਰ ਦੀ ਦਾਤਾ ਤੋਂ ਮੈਂ ਵੇਖੇ ਸਾਰੇ, ਮਹਿਮਾ ਤੇਰੇ ਦਰ ਦੀ ਦਾਤਾ ਤੋਂ ਮੈਂ ਵੇਖੇ ਸਾਰੇ, ਮਿਲਣ ਸਹਾਰੇ ਸਤਸੰਗ ਦੀਆਂ ਦਿਨ ਦਿਓ ਮੇਰੇ ਕਰਮਾਂ ਦੇ ਵਿੱਚ।
ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ, ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ, ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ, ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਦੀਆਂ ਤੰਗ ਨੇ ਮੈਨੂੰ, ਕਰਦੀਆਂ ਤੰਗ ਨੇ ਮੈਨੂੰ ਮਹਾਰਾਜ ਕਿਰਪਾ ਕਰੋ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ। ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ
ਸੁਣਿਆ ਤੇਰੇ ਦਰ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਮੈਨੂੰ ਨੇ ਡੰਗ ਦੀਆਂ ਬਖਸ਼ੋ ਫੁੱਲਾਂ ਜੋ ਮੇਰੀਆਂ ਮੈਨੂੰ ਨੇ ਡੰਗ ਦੀਆਂ ਬਖਸ਼ੋ ਫੁੱਲਾਂ ਜੋ ਮੇਰੀਆਂ ਮੈਨੂੰ ਨੇ ਡੰਗ ਦੀਆਂ ਮੈਨੂੰ ਨੇ ਡੰਗ ਦੀਆਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170 36301 ਅਤੇ 98141 36301